हाँ जी, सत श्री अकाल किसान भीरो, स्वागत है ताडा मालवा फार्मिंग इनफॉर्मेशन चैनल ते। अज दी वीडियो दे विच गल्लबात करदे आं तेले बारे कि कणक नूं तेले वाला छिड़किया हैगा जिहड़ा, उह करना किन्ना कु जरूरी है, कि सचमुची झाड़ घट दा जेकर तेले दा अटैक हुंदा ते कीड़ी स्टेज ते जाके सब तो वध नुकसान करदा तेला, उहदे बारे गल्लबात करदे आं वीडियो दे विच। जेकर नवें चैनल ते आए हो तां चैनल नूं सबसक्राइब कर लो, नाल लगदा बैल आइकोन दबा लो ਤਾਂ ਜੋ ਆਉਣ ਵਾਲੀਆਂ ਵੀਡੀਓ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਗੱਲਬਾਤ ਕਰਦੇ ਹਾਂ ਕਿਸਾਨ ਵੀਰੋ ਤੇਲੇ ਦੀ। ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਚਿੰਤਤ ਹੁੰਦੇ ਨੇ ਕਿ ਯਾਰ ਤੇਲੇ ਵਾਲਾ ਛਿੜਕਾਅ ਕਰੀਏ ਜਾਂ ਨਾ ਕਰੀਏ। ਵੈਸੇ ਕਿਸਾਨ ਵੀਰੋ, ਪਹਿਲੀ ਜਿਹੜੇ ਵੀਰ ਐਂਡ ਤੱਕ ਵੀਡੀਓ ਨਹੀਂ ਦੇਖਣੀ ਚਾਹੁੰਦੇ, ਪਹਿਲੀ ਦੱਸ ਦਈਏ ਕਿ ਤੇਲੇ ਵਾਲਾ ਛਿੜਕਾਅ ਕਰਨ ਦੀ ਕੋਈ ਬਾਹਲੀ ਵੱਡੀ ਜ਼ਰੂਰਤ ਨਹੀਂ ਹੁੰਦੀ। ਹੁਣ ਅੱਗੇ ਜਿਹੜੇ ਵੀਰ ਅੱਗੇ ਤੱਕ ਦੇਖਣਾ ਚਾਹੁੰਦੇ ਆ, ਉਹਨਾਂ ਵਾਸਤੇ ਖਾਸ ਜਾਣਕਾਰੀ ਕਿ ਜਿਹੜਾ ਤੇਲਾ ਕਿਸਾਨ ਵੀਰੋ, ਕਣਕ ਦਾ ਜਿਹੜਾ ਤੇਲਾ, ਉਹ ਅਕਸਰ ਹੀ ਆਪਾਂ ਨੂੰ ਬਾਹਰੋਂ ਦੇਖਣ ਨੂੰ ਹੀ ਮਿਲ ਜਾਂਦਾ। ਝੋਨੇ ਦਾ ਭਾਵੇਂ ਕਿ ਤੇਲਾ ਵਗੈਰਾ ਹੁੰਦਾ ਜਿਹੜਾ, ਆਪਾਂ ਨੂੰ ਤੋੜੀਆਂ ਜਾਂ ਵਿਚਾਲੋਂ ਦੇਖਣੀਆਂ ਸ਼ੁਰੂ ਹੁੰਦੀਆਂ ਨੇ, ਇਹਦੇ ਉਸ ਤੋਂ ਉਲਟ ਹੁੰਦਾ ਕੰਮ। ਇਹਨੂੰ ਜੇ ਆਪਾਂ ਆਪਣੇ ਵੱਟਾਂ ਬੰਨਿਆਂ ਦੇ ਉੱਤੇ ਗੇੜਾ ਦੇ ਕੇ ਦੇਖਾਂਗੇ ਤਾਂ ਆਪਾਂ ਨੂੰ ਇਹ ਉੱਥੇ ਹੀ ਮਿਲਦਾ। ਜੇ ਤੁਸੀਂ ਥੋੜ੍ਹੀ ਜਿਹੀ ਦੂਰ ਚਲੇ ਜਾਓ ਅੱਗੇ ਖੇਤ ਦੇ ਵਿੱਚ, ਤਾਂ ਹੋ ਸਕਦਾ ਤੁਹਾਨੂੰ ਉਹ ਕਿਤੇ ਦਿਖਾਈ ਨਾ ਦੇਵੇ। ਤਾਂ ਫਿਰ ਇਹਦੇ ਤੋਂ ਆਪਾਂ ਅੰਦਾਜ਼ਾ ਲਾ ਲਈਏ ਕਿ ਜਿਹੜਾ ਇਹਦਾ ਅਟੈਕ ਆ, ਇਹ ਬਾਹਰਲੇ ਪਾਸਿਓਂ ਸ਼ੁਰੂ ਹੁੰਦਾ। ਖਾਸ ਕਰਕੇ ਕਿਸਾਨ ਵੀਰ ਇੱਕ ਹੋਰ ਧਿਆਨ ਰੱਖੋ, ਜਿਹੜੇ ਖੇਤਾਂ ਦੇ ਵਿੱਚ ਕਈ ਵਾਰੀ ਕੀ ਹੁੰਦਾ, ਬਹੁਤ ਸਾਰੇ ਕਿਸਾਨ ਵੀਰ ਘੇਰੇ ਲੋਟ ਜਾਂ ਵੱਟਾਂ 'ਤੇ, ਜਿਹਨੂੰ ਆਡਾਂ ਕਹਿ ਦਿੰਦੇ ਆ, ਜਾਂ ਸਰੋਂ ਦੇ ਖੁੱਡ ਲਾ ਲੈਂਦੇ ਨੇ, ਉਹਨਾਂ ਵੀਰਾਂ ਨੂੰ ਖਾਸ ਧਿਆਨ ਦੇਣ ਦੀ ਜ਼ਰੂਰਤ ਆ। ਕਿਸਾਨ ਵੀਰੋ, ਹੈ ਜਾਂ ਨਹੀਂ ਆ ਜਾਂ ਘੱਟ ਆ, ਉਹ ਵੀਰ ਲਗਭਗ ਸੜਕਿਆ ਕਰ ਲਓ ਘੇਰੇ ਲੋਟ, ਉਹ ਕਿਵੇਂ ਕਿਸਾਨ ਵੀਰ, ਉਹਦਾ ਖਰਚਾ ਵੀ ਲਗਭਗ ਆਪਾਂ ਨੂੰ 10-20-30 ਰੁਪਏ ਪੈਂਦਾ, ਬਾਹਲਾ ਜ਼ਿਆਦਾ ਨਹੀਂ ਪੈਂਦਾ। ਠੀਕ ਆ, ਮਿਹਨਤ ਜ਼ਰੂਰ ਲੱਗਦੀ ਹੈ, ਤਾਂ ਤੁਸੀਂ ਜਿਹੜੇ ਵੀਰਾਂ ਨੇ ਖੇਤਾਂ ਦੇ ਆਸੇ ਪਾਸੇ ਸਰੋਂ ਲਾਈ ਹੋਈ ਆ, ਉਹ ਜ਼ਰੂਰ ਛਿੜਕਿਆ ਕਰ ਲੈਣ, ਇਹਨਾਂ ਦਿਨਾਂ ਦੇ ਵਿੱਚ ਜ਼ਰੂਰਤ ਹੁੰਦੀ ਆ। ਉਹਦੇ ਨਾਲ ਬਹੁਤ ਸਾਰੇ, ਪਰ ਨਾਲ ਦੀ ਨਾਲ ਇੱਕ ਹੋਰ ਧਿਆਨ ਜ਼ਰੂਰ ਰੱਖਿਓ, ਜਿਹੜਾ ਛਿੜਕਿਆ ਕਿਸਾਨ ਵੀਰੋ, ਉਹ ਤੁਸੀਂ ਬਿਲਕੁਲ ਸ਼ਾਮ ਦੇ ਟਾਈਮ 'ਤੇ ਕਰਨਾ। ਸ਼ਾਮ ਦੇ ਕਹਿਣ ਦਾ ਭਾਵ ਜਦੋਂ ਸੂਰਜ ਸਿਬਣਾ ਹੁੰਦਾ ਉਸ ਤੋਂ ਵੱਧ 1 ਘੰਟਾ ਪਹਿਲਾਂ, ਕਿਉਂਕਿ ਉਹਦੇ ਕੀ ਕਾਰਨ ਨੇ, ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਮੱਖੀਆਂ ਨੇ, ਮਧੂ ਮੱਖੀਆਂ ਜਾਂ ਕਹਿ ਲਈਏ ਜਾਂ ਹੋਰ ਇਨਸੈਕਟ ਨੇ ਜਿਹੜੇ ਆਪਣੇ ਦੋਸਤ ਵੀ ਨੇ, ਉਹ ਆਪਣੇ ਖਾਸ ਕਰਕੇ ਫੁੱਲਾਂ ਦੇ ਉੱਪਰ ਹੁੰਦੇ ਨੇ, ਅਤੇ ਉਹਨਾਂ ਨੇ ਪਰਾਗਣ ਦੀ ਪ੍ਰਕਿਰਿਆ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਗਾ। ਆਪਣੀ ਕਣਕ ਦੇ ਵਿੱਚ ਵੀ ਉਹਨਾਂ ਦਾ ਬਹੁਤ ਸਾਰਾ ਫਾਇਦਾ ਮਿਲਦਾ ਆਪਾਂ ਨੂੰ, ਅਤੇ ਸਰੋਂ ਦੇ ਜਿਹੜੇ ਆਪਾਂ ਨੇ ਖੁੱਡ ਵਗੈਰਾ ਲਾਏ ਹੁੰਦੇ ਉਹਨਾਂ ਵਾਸਤੇ ਵੀ ਉਹ ਜ਼ਰੂਰ ਧਿਆਨ ਦੇਣਾ, ਕਿਉਂਕਿ ਥੋੜ੍ਹਾ ਕੰਮ ਹੁੰਦਾ ਇਹ, ਲਾਸਟ ਦੇ ਵੀ ਆਪਾਂ ਦਿੰਦੇ ਕਰ ਸਕਦੇ ਹਾਂ। ਇੰਨਾ ਕੁ ਧਿਆਨ ਰੱਖੋ ਜੀ, ਉਹ ਵੀਰ ਲਾ ਲੈਣ, ਜ਼ਿਆਦਾ ਖਰਚਾ ਨਹੀਂ ਹੁੰਦਾ, ਪਰ ਕਿੱਲੇ ਦਾ ਖਰਚਾ ਸਾਰਾ 20-30 ਰੁਪਏ ਆਉਣਾਗਾ, ਇਸ ਤੋਂ ਜ਼ਿਆਦਾ ਨਹੀਂ ਆਉਂਦਾ ਜੇਕਰ ਤੁਸੀਂ ਢੋਲੀ ਦੇ ਹਿਸਾਬ ਦੇ ਨਾਲ ਲਾਓ, ਕਿਉਂਕਿ ਢੋਲੀ 2-4 ਕਿੱਲੇ ਕੱਢ ਦਿੰਦੀ ਹੈ ਜੇਕਰ ਆਪਣੇ, ਕਿਉਂਕਿ ਹੁਣ ਕਿਆਰੇ ਵੀ ਬੜੇ ਵੱਡੇ ਨੇ, ਵੱਟਾਂ ਵਿੱਚ ਬਹੁਤ ਜ਼ਿਆਦਾ ਨਹੀਂ ਹੁੰਦੀਆਂ, ਖਾਸ ਕਰਕੇ ਘੇਰੇ ਲੋਟ ਹੀ ਹੁੰਦਾ। ਇੱਕ ਤਾਂ ਇਹ ਜ਼ਰੂਰ ਕੰਮ ਕਰ ਲਓ, ਵਿੱਚ ਛਿੜਕਾਅ ਕਰਨ ਦੀ ਕੋਈ ਬਾਹਲੀ ਵੱਡੀ ਜ਼ਰੂਰਤ ਨਹੀਂ ਹੁੰਦੀ। ਦੂਸਰਾ, ਕਿਸਾਨ ਵੀਰੋ, ਛਿੜਕਾਅ ਕਦੋਂ ਕਰਨਾ, ਕਿਹੜੀ ਸਟੇਜ 'ਤੇ ਜਾ ਕੇ ਜ਼ਿਆਦਾ ਨੁਕਸਾਨ ਕਰਦਾ। ਜੇਕਰ ਕਣਕ ਨੇ ਨਸਾਰਾ ਨਹੀਂ ਲਿੱਤਾ, ਕਿਤੇ ਕਿਤੇ ਆਪਾਂ ਨੂੰ ਕਾਲੇ ਜਿਹੇ ਤੇਲੇ ਜਿਹੇ ਦਿਸਦੇ ਆ, ਇਹ ਸਾਲ ਹੀ ਦਿਸਦੇ ਆ, ਤਾਂ ਉਹ ਦਿਖਾਈ ਦਿੰਦੇ ਨੇ, ਫਿਰ ਆਪਾਂ ਨੂੰ ਬਾਹਲਾ ਵੱਡਾ ਆਪਣਾ ਖੇਤ ਦੇ ਵਿੱਚ ਨੁਕਸਾਨ ਨਹੀਂ ਹੁੰਦਾ। ਪਰ ਜੇਕਰ ਇਸ ਤਰੀਕੇ ਦੇ ਨਾਲ ਕਿਸਾਨ ਵੀਰੋ, ਜੇਕਰ ਦੇਖੋ ਜੜ੍ਹਾਂ ਦੇ ਵਿੱਚ ਹੋ ਰਿਹਾ ਇਸ ਜਗ੍ਹਾ ਦੇ ਉੱਤੇ, ਆਪਣਾ ਕਹਿ ਦਈਏ ਕਿ ਤੇਲਾ ਤੁਹਾਨੂੰ ਦਿਖਾਈ ਦਿੰਦਾ, ਫਿਰ ਤੁਸੀਂ ਨਾ ਕਰੋ, ਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਜੇਕਰ ਬੱਲੀਆਂ ਦੇ ਵਿੱਚ ਜਦੋਂ ਦਾਣੇ ਬਣ ਰਹੇ ਨੇ ਉਸ ਟਾਈਮ 'ਤੇ ਅਟੈਕ ਹੁੰਦਾ, ਅਤੇ ਅਟੈਕ ਵੀ ਕਾਫੀ ਜ਼ਿਆਦਾ ਹੁੰਦਾ, ਤੁਹਾਨੂੰ 5-4 ਹਰੇਕ ਬੱਲੀ ਦੇ ਵਿੱਚ ਮਿਲਦੇ ਨੇਗੇ, ਜਿਹੜੇ ਇਨਸੈਕਟ ਨੇ, ਜਿਹੜੇ ਤੇਲੇ ਦੇ ਆਪਾਂ ਕਹਿ ਦਈਏ ਬੱਚੇ ਨੇ ਜਾਂ ਤੇਲਾ ਦਾ, ਜੇਕਰ ਉਹ ਇਸ ਤਰੀਕੇ ਦੇ ਨਾਲ ਮਿਲਦਾ ਤਾਂ ਫਿਰ ਉਸ ਟਾਈਮ 'ਤੇ ਜ਼ਰੂਰ ਬਣਦਾ ਛਿੜਕਿਆ ਕਰਨਾ। ਉਹਦੇ ਵਾਸਤੇ ਵੀ ਕਿਸਾਨ ਵੀਰ ਵਿੱਚ ਬਹੁਤ ਜ਼ਿਆਦਾ ਡੋਜ਼ ਪਾਉਂਦੇ ਨੇਗੇ, ਥਾਇਓਥਾਇਮੈਕਸਿਨ ਦੀ ਜਾਂ ਟਾਰਾ ਹੋ ਗਈ ਜਾਂ ਆਪਾਂ ਕਨਫੀਡੋਰ, ਕੋਈ ਵੀ ਤੁਸੀਂ ਕਰਦੇ ਹੋ ਕਿਸਾਨ ਵੀਰ, ਇਹ ਸਸਤੀ ਨਾਲ ਹੀ ਸਰ ਜਾਂਦਾ, ਇਹਦਾ ਬਾਹਲਾ ਜ਼ਿਆਦਾ ਇਹਨੂੰ ਵਧੀਆ ਮਹਿੰਗੇ ਛਿੜਕਾਅ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਅਤੇ ਲੰਮੇ ਸਮੇਂ ਵਾਲੇ ਵੀ ਨਹੀਂ ਕਰਨ ਦੀ ਬਾਹਲੀ ਜ਼ਿਆਦਾ ਜ਼ਰੂਰਤ ਹੁੰਦੀ। ਤੁਸੀਂ ਸਸਤਾ ਛਿੜਕਾਅ ਕਰਕੇ ਇਹਨੂੰ ਇੱਕ ਵਾਰੀ ਕੰਟਰੋਲ ਕਰ ਸਕਦੇ ਹੋਗੇ, ਉਸ ਤੋਂ ਬਾਅਦ ਇਹਨੇ ਦੁਬਾਰੇ ਬਹੁਤ ਰੇਅਰ ਚਾਂਸ ਹੁੰਦੇ ਆ ਜਦੋਂ ਦੁਬਾਰਾ ਤੇਲਾ ਕਿਤੇ ਇੱਕ ਵਾਰੀ ਛਿੜਕਾਅ ਤੋਂ ਬਾਅਦ ਅਟੈਕ ਕਰਦਾ। ਵੈਸੇ ਇਹਦਾ ਬਾਹਲਾ ਵੱਡਾ ਨੁਕਸਾਨ ਨਹੀਂ ਹੁੰਦਾ, ਬਹੁਤ ਸਾਰੇ ਕਿਸਾਨ ਵੀਰ ਸੂਝਵਾਨ ਨੇ ਜਿਹੜੇ, ਉਹ ਬਹੁਤ ਘੱਟ ਨਾ ਮਾਤਰੀ ਛਿੜਕਾਅ ਕਰਦੇ ਕਿਸਾਨ ਵੀਰ, ਉਹ ਜਾਂ ਕੰਟਰੋਲ ਕਰ ਲੈਂਦੇ ਨੇਗੇ ਖੇਤਾਂ ਦੇ ਵੱਟਾਂ ਬੰਨਿਆਂ ਦੇ ਉੱਪਰੋਂ ਛਿੜਕਾਅ ਕਰਕੇ। ਜ਼ਰੂਰ ਧਿਆਨ ਦਿਓ ਇਸ ਗੱਲ ਪਰ, ਵਿੱਚ ਜ਼ਿਆਦਾ ਜੇਕਰ ਹੁਣ ਤੁਸੀਂ ਛਿੜਕਿਆ ਕਰੋਗੇ ਕਿਸਾਨ ਵੀਰੋ,
एक तो कणक का नुकसान करोगे तो दूसरा नंबर वह तेल ने नुकसान कोई खास करना नहीं होंगे तो पैसे का भी नुकसान करोगे। सो आने वाले दिनों के फैसला लेना गा देख के वीडियो दसिया गलों पर गौर करो फिर उस तो बाद सरकार वालू जा सकते हो। वीडियो देखने के लिए तुहाडा बहुत बहुत धन्यवाद।